ਇਹ ਕਿਵੇਂ ਲੱਗ ਰਿਹਾ ਪ੍ਰਚਾਰ ਵੀਰ ਦਾ? ਬਹੁਤ ਵਧੀਆ ਲੱਗ ਰਿਹਾ ਜੀ। ਬਹੁਤ ਵਧੀਆ ਲੱਗ ਰਿਹਾ। ਹਾਂਜੀ ਬਹੁਤ ਵਧੀਆ ਲੱਗ ਰਿਹਾ। ਸਾਡੇ ਨਾਲ ਆਇਆ ਹਾਂਜੀ। ਇਹ ਹਿੰਦੂ ਭਰਾ ਹੈ, ਸਾਡੇ ਨਾਲ ਆਇਆ, ਸਾਡੇ ਨਾਲ ਰਹਿੰਦਾ ਹੈ ਤੇ ਹਿੰਦੂ ਭਰਾ ਸਾਡੇ ਨਾਲ ਆਇਆ ਸਮਾਗਮ ਦੇ ਵਿੱਚ। ਮਤਲਬ ਇਹ ਖਿੱਚ ਕੇ ਲਿਆਏ ਹੋ ਕਿ ਆਪਣੇ ਆਪ ਉਹਦੇ ਖਿੱਚ ਅੰਦਰ ਖਿੱਚ ਸੀ? ਅੰਦਰ ਵੀ ਖਿੱਚ ਸੀ। ਦੋ ਪ੍ਰਕਾਰ ਦੇ ਹੁੰਦੀ ਨੇ, ਇੱਕ ਖਿੱਚ ਕੇ ਲਿਆਉਣਾ ਵੀ ਆ ਜਾ, ਇੱਕ ਅੰਦਰੋਂ ਖਿੱਚ ਹੋਵੇ ਮੈਂ ਜਾਣਾ ਹੀ ਜਾਣਾ। ਇਹ ਅੰਦਰ ਹੀ ਖਿੱਚ ਸੀ, ਜਿਵੇਂ ਬਾਣੀ 'ਚ ਕਹਿੰਦੇ ਆਪੇ ਆਪ ਕਰਾਵੇ ਸੋਏ, ਗੁਰੂ ਸਾਹਿਬ ਆਪੇ ਲੈ ਕੇ ਆਏ, ਗੁਰੂ ਸਾਹਿਬ ਦੀ ਕਿਰਪਾ ਹੋਈ ਹੈ ਤੇ ਅਸੀਂ ਸਾਰਿਆਂ ਦਾ। ਕਈ ਹਿੰਦੂ ਕਹਿੰਦੇ ਜੀ ਅਸੀਂ ਖਤਰੇ 'ਚ ਹੋ ਜਾਵਾਂਗੇ, ਇਹ ਜਿਹੜੇ ਨੌਜਵਾਨ ਜੀ ਸ਼ਸਤਰਧਾਰੀਆਂ ਖਤਰੇ 'ਚ ਹੋ ਜਾਵਾਂਗੇ, ਤੇ ਇਹਨੂੰ ਕੋਈ ਖਤਰਾ ਤਾਂ ਨਹੀਂ ਹੈ? ਨਹੀਂ ਨਹੀਂ ਖਤਰਾ ਨਹੀਂ, ਉਹ ਤਾਂ ਲੋਕਾਂ ਦੀ ਸੋਚ ਹੁੰਦੀ ਹੈ ਜੀ। ਇਹ ਤਾਂ ਚੰਗਾ ਲੱਗਾ ਮੈਨੂੰ, ਬਹੁਤ ਚੰਗਾ ਲੱਗਾ। ਤੇਰੀ ਜਾਨ ਨੂੰ ਕੋਈ ਖਤਰਾ ਤਾਂ ਨਹੀਂ ਗਾ? ਨਾ ਨਾ ਕੋਈ ਜਾਨ। ਜਿਹੜੇ ਆਂਦੇ ਆ ਨੂੰ ਖਤਰਾ ਖਤਰਾ ਰੋਲਾ ਪਾਉਂਦੇ ਨੇ, ਕਈ ਆਪਾਂ ਵੇਖਦੇ ਆ ਖੋਤੀ ਹਾਂਜੀ ਰੋਲਾ ਪਾਉਂਦੇ ਵੀ ਖਤਰਾ ਹੋ ਗਿਆ ਸ਼ਸਤਰ। ਨਹੀਂ 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 ਜੀ, ਬਹੁਤ ਵਧੀਆ ਲੱਗਿਆ, ਚੰਗਾ ਲੱਗਿਆ, ਇੱਥੇ ਵਧੀਆ ਲੱਗਿਆ, ਕੋਈ ਦਿੱਕਤ ਨਹੀਂ। ਮਤਲਬ ਸਿੰਘ ਸੱਜਣ ਦਾ ਮਨ ਆਇਆ? ਹਾਂਜੀ। ਜੇ ਵੀਰ ਸੱਜ ਕੇ ਸਜੋਗੇ ਨਾਲ? ਹਾਂ ਹਾਂ ਜ਼ਰੂਰ ਸਜਾਂਗੇ। ਹਾਂਜੀ ਦੇਖੋ ਆਹ ਸਿੰਘ ਸੱਜਣ ਨੂੰ ਤਿਆਰ ਹੈ ਸਾਡਾ ਵੀਰ, ਰਾਜਸਥਾਨ ਤੋਂ ਆ ਗਏ ਹਿੰਦੂ ਪਰਿਵਾਰ ਦਾ।